जलंधर आ गए जी। जलंधर तो वह रात ही आ गए थे, मतलब अज दिन शुरू होगा जलंधर वाला हूँ जी। तो असं पहला चले रेडियो से, उस तो बाद टी वी करने तो बार वाले जाना वा, सो सारा काम अच्छा करा तो दिखावे भी। तो अच्छ शाम एक फंक्शन पर भी जाना, उसे भी तुम्हें लैके चलेंगे सारे। आओ करिए जलंधर 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 लकी दी अनलकी स्टोरी दी प्रमोशन दे रिगार्डिंग। सो अज असी डे शुरुआत कीता जी 94.3 FM तो। तो इस तो बाद असी दो तीन कॉलेज विजिट करने हैं, कॉलेज तो बाद असी साड़ी प्रेस कॉन्फ्रेंस हैगी है, तो शामी हैगा शो। इतनी सोहनी कुड़ी है, अन्नी लगती है बेचारी मैनू। चल की आ प्यार भी तो नहीं होंगे। आज ले हूँ देखियो थले भी बॉडियां किनिया ने, पता लगे तुम जा हले पौड़ियाँ पूरी नहीं हुई है, हले होर भी नहीं। आओ जी बाकी दियाँ पौड़ियाँ। लो जी आप रेडियो भगदाता जी एक 94.3 माई एफ एम के नाल दैनिक भास्कर भगदाता। सो हूँ मिलते हैं अगे, आ जाओ होटल चलते उत्थे कर रहे हैं गलबात। पौड़ियाँ देख लिया नाले। असी हुण रमांडा होटल बैठे हैं, गिप्पी बाई की वेट कर रहे हैं, बाई जी इंटरव्यू दे रहे हैं। सो असी लक्की दी अनलक्की स्टोरी जिहड़ी मूवी है 26 अप्रैल नूं रिलीज़ कर रहे हैं, उहदी प्रमोशन कर रहे हैं। इत्थे प्रमोशन प्रमोशन लई जलंधर आए हैं। सो बहुत वधिया इत्थे रिस्पोंस मिले आ। लो जी इंटरव्यू हो गई खत्म जी। तो हूँ आप जाना रेडियो के उत्ते, उत्थे जाके इंटरव्यू करते हैं। इंटरव्यू इन्हें बस होर की आडे लिए कोई खास गल नहीं हैगी, पर थोड़ा तो पता भी लक्की दी अनलक्की स्टोरी 26 अप्रैल कि इधर इधर जाके इन्होंने दसना पैंता भी की है फिल्म च किए है, की कार्रवाई करी है की नहीं करी है। चलो चलिए क्या लिफ्ट दबो जी। आओ जी समान समर इसकी उतो साली पूरी पवे ओ नचदी दे पैर जांदा दिल की पंजाब है जी। इतने देखो हम सारे सानू इतने ही मिल गए हूँ। जो रेडियो के प्रति कोई भी कंप्लेंट होगी तो तुम डायरेक्ट दे सकते हो। प्रमोशन नहीं चली, साडा ये नहीं होया, साडे गाने घट चले, तो यह बंदे जुम्मे बारो सकते। लो जी आप आ गए जी 92.7 बिग एफएम दे उत्ते, ते इंटरव्यू शुरू कर दिया प्रियंका। सत श्री अकाल जी, मैं तुहाडा अपना गिप्पी ग्रेवाल। की मतलब इन्नी छेती छेती फिल्मां कर रहे हो, की मतलब सोचे हुए है कि साल च 35-40 फिल्मां करनियां ही ने, की नाम ही हुंदी है जदों प्रपोजल आंदा फिल्म दा? नहीं नहीं 35-40 फिल्मां नहीं है साल च,
ਸਾਲ 'ਚ ਮੈਕਸੀਮਮ 2 ਜਾਂ 3 ਫਿਲਮਾਂ ਆਉਂਦੀਆਂ ਜੀ ਸੋ ਇੱਕ ਫਿਲਮ ਆਪਣੀ ਪਹਿਲੀ ਆਈ ਹੈ ਜੀ ਸਿੰਘ ਵਰਸਸ ਕੌਰ ਇਸ ਸਾਲ ਦੀ ਸੁਪਰ ਹਿੱਟ ਰਹੀ ਹੈ ਜੀ ਥੈਂਕ ਯੂ ਸੋ ਮਚ ਜੀ ਤੇ ਹੁਣ ਆ ਰਹੀ ਹੈ ਜੀ ਲੱਕੀ ਦੀ ਅਨਲੱਕੀ ਸਟੋਰੀ ਕਾਫੀ ਇਹਦੇ 'ਚ ਝਟਕੇ ਨੇ ਫਿਲਮ ਦੇ ਵਿੱਚ ਕਿ ਜਦੋਂ ਤੁਸੀਂ ਦੇਖੋਗੇ ਫਿਲਮ ਲਾਫਟਰ ਦਾ ਹੋਊਗਾ ਜੀ ਹੱਸ ਰਹੇ ਹੋਵੋਗੇ ਹੱਸਦੇ ਹੱਸਦੇ ਇੱਕਦਮ ਕਹੋਗੇ ਆ ਕੀ ਹੋ ਗਿਆ ਉਹ ਆ ਜਾਓ ਸਾਲਿਓ ਲਾ ਲਓ ਮੈਨੂੰ ਕੋਦੋਂ ਲਾਓਗੇ ਜਦੋਂ ਦੋ ਬਾੜ ਹੋ ਗਿਆ ਓਏ ਹੋਏ ਹੋਏ ਇੱਦਾਂ ਵੀ ਹੋ ਜੂਗਾ ਸੋ ਇਹ ਮਤਲਬ ਇਹ ਬਹੁਤ ਚੀਜ਼ਾਂ ਇੱਦਾਂ ਦੀਆਂ ਨੇ ਫਿਲਮ ਦੇ ਵਿੱਚ ਜਿਹੜੀਆਂ ਅਸੀਂ ਕਨਫਿਊਜ਼ਨ ਕ੍ਰੀਏਟ ਕੀਤੀਆਂ ਇੱਕਦਮ ਝਟਕੇ ਦੇ ਨਾਲ ਆਉਣਗੀਆਂ ਤਿੰਨ ਦੋਸਤ ਨੇ ਸੁਰਿੰਦਰ ਭੱਲਾ ਗੁਰਪ੍ਰੀਤ ਘੁੱਗੀ ਤੇ ਬੀਨੂ ਢਿੱਲੋਂ ਸੋ ਐਡੇ ਘਟੀਆ ਤੇ ਬਦਤਮੀਜ਼ ਦੋਸਤ ਨੇ ਆਪਣੇ ਸਿਰਮੇ ਘਰਾਂ ਦੇ ਵਿੱਚ ਜਾਣਾ ਵਾ ਸੋ ਸਾਰਿਆਂ ਨੂੰ ਰਿਕੁਐਸਟ ਹੈ ਪਰਿਵਾਰ ਸਮੇਤ ਜਾਇਓ ਜੀ ਕੈਰੀ ਔਨ ਜੱਟਾਂ ਤੋਂ ਬਾਅਦ ਸੇਮ ਟੀਮ ਦੇ ਨਾਲ ਲੈ ਕੇ ਹਾਜ਼ਰ ਹੋਇਆ ਜੀ ਲੱਕੀ ਦੀਆਂ ਲੱਕੀ ਸਟੋਰੀ ਮੇਰੀ ਨਾ ਐਕਚੁਲੀ ਪੂਰੀ ਸਿਹਤ ਹੈਗੀ ਹੈ ਜਿਹੜੀ ਉਹ ਠੀਕ ਨਹੀਂ ਹੈਗੀ ਆਪਾਂ ਦਵਾਈ ਲੈ ਲਿਆ ਆਓ ਡਾਕਟਰ ਹੈਗੇ ਉਰੇ ਬੰਦੇ ਡਾਕਟਰ ਨੇ ਉਹਦਾ ਅਤੇ ਭਾਅ ਜੀ ਸਿਰ ਦੋ ਤੰਤਰ ਮੰਤਰ ਕੋਈ ਸਿੱਖਣਾ ਉਹ ਚੀਜ਼ ਵੀ ਤੁਸੀਂ ਲੈ ਸਕਦੇ ਹੋ ਤੇ ਬਾਕੀ ਹੁਣ ਅਸੀਂ ਚੱਲੇ ਜੀ ਡੈਡੀ ਕੂਲ ਤੇ ਮੁੰਡੇ ਫੂਲ ਉਹਦਾ ਪ੍ਰੀਮੀਅਰ ਹੈ ਅੱਜ ਤੇ ਅਮਰਿੰਦਰ ਗਿੱਲ ਜੀ ਨੂੰ ਬੈਸਟ ਵਿਸ਼ੇ ਨੇ ਸਾਡੇ ਵੱਲੋਂ ਇਹਨਾਂ ਦੀ ਪੂਰੀ ਟੀਮ ਨੂੰ ਜੀਊਸ ਸਾਹਿਬ ਦਾ ਮਿਊਜ਼ਿਕ ਹੈ ਫਿਲਮ ਦੇ ਵਿੱਚ ਡਾਕਟਰ ਜੀਊਸ ਰੌਕਸ ਤੇ ਮਿਲਦੇ ਹਾਂ ਡੈਡੀ ਕੂਲ ਮੁੰਡੇ ਫੂਲ ਇਹ ਦੁਬਈ ਤੋਂ ਹੈ ਨਾੜੀ 1.9 FM ਇੱਥੇ ਕੋਈ ਹੈ ਨਹੀਂ ਹੈ ਸੋ ਕਹਿੰਦੇ ਜੋ ਮਰਜ਼ੀ ਚੱਕੋ ਜੋ ਮਰਜ਼ੀ ਲੈ ਜਾਓ ਕੋਈ ਨਹੀਂ ਸੋ ਭਾਜੀ ਪੰਜਾਬੀ ਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਮਾਤਰਾ 91.9 FM ਲਾਈਫ ਕਾ ਮਾਤਰਾ ਫੜਿਆ ਜਾਂਦਾ ਯਾਰ ਵਿਚਾਰਾ ਫੜਿਆ ਜਾਂਦਾ ਯਾਰ ਵਿਚਾਰਾ ਮੇਰਾ ਕੀਤਿਆਂ ਚੋਰੀ ਆਹ
ਚਾਰਲੀ ਚੈਪਲਿਨ ਨੇ ਕਿਹਾ ਵੀ 365 ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ। ਅੱਗੇ ਬੀਨੂ ਢਿੱਲੋਂ ਦਾ ਜਵਾਬ ਆਉਂਦਾ ਵਾ ਕਹਿੰਦਾ ਕਿਸੇ ਸਾਲੇ ਚਾਰਲੀ ਚੈਪਲਿਨ ਨੇ ਨਹੀਂ ਕਿਹਾ, ਮੈਂ 50 ਫਿਲਮਾਂ ਦੇਖੀਆਂ ਨੇ, ਉਹ ਤਾਂ ਸਾਲਾ ਕਦੇ ਬੋਲਿਆ ਨਹੀਂ ਹੈਗਾ, ਸਾਲਾ ਟੋਪੀ ਹੀ ਲਾਲਾ ਸਿਰ ਤੇ ਰੱਖੀ ਜਾਂਦਾ। ਲਓ ਜੀ ਮੰਤਰਾ ਰੇਡੀਓ ਵੀ ਖਤਮ ਹੋ ਗਿਆ ਜੀ, ਕੰਮ ਸਮਾਪਤੀ ਕਰਤੀ ਅੱਜ ਸਾਰੇ ਪੂਰੇ ਦਿਨ ਦੀ, ਸਾਰੀਆਂ ਇੰਟਰਵਿਊਆਂ ਸਾਰਾ ਕੁਛ ਕਰਤਾ ਅਤੇ ਵਿੱਚ ਆਪਾਂ ਪ੍ਰੀਮੀਅਰ 'ਤੇ ਵੀ ਜਾਇਆ, ਫਿਲਮ ਵੀ ਦੇਖ ਲਈ, ਡੈਡੀ ਗੁਰੂ ਨੇ ਫੂਲ 'ਚੋਂ ਸਾਰਾ ਕੁਛ ਹੋ ਗਿਆ, ਅੱਜ ਵਧੀਆ ਇੰਜੋਏ ਹੋਇਆ। ਅਤੇ ਫਿਰ ਆਪਾਂ ਹੁਣ ਮਿਲਾਂਗੇ ਕੱਲ੍ਹ, ਨਹੀਂ ਪਰ ਤੁਹਾਡੀ ਇੱਕ ਉਹ ਸਟੋਰੀ ਰਹੇਗੀ ਜਿਹੜੀ ਆਪਾਂ ਡਿਸਕਲੋਜ਼ ਕਰਨੀ ਹੁੰਦੀ ਆ, ਸੋ ਉਹ ਵੀ ਕਰਨੀ ਆ ਅਤੇ ਨਾਲ ਦੀ ਨਾਲ ਆਪਾਂ ਕਲੋਜ਼ਿੰਗ ਵੀ ਕਰਨੀ ਆ, ਵਧੀਆ ਤਰੀਕੇ ਨਾਲ ਕਰਾਂਗੇ। ਹੋਟਲ ਜਾਇਆ ਕਰਦੇ ਹਾਂ, ਹੁਣ ਰਸ਼ ਬਹੁਤ ਆ, ਟੈਨਸ਼ਨ ਫਰੀ ਹੋ ਗਈ, ਆਓ ਹੈਗਾ ਟੋਹਾਣਾ। ਇੱਕ ਵਾਰੀ ਜ਼ੋਰ ਦੀ ਉੱਚੀ ਹੱਸ ਕੇ ਟੋਹਾਣਾ ਬਾਏ ਬਾਏ, ਉੱਤੇ ਆ ਜਾ ਫਿਰ, ਉੱਤੇ ਕੱਢਾਂਗੇ ਤੇਰੇ ਕੁੱਤਕੁੱਤੀਆਂ। ਇਹ ਇਹ ਉਹ ਨੇ ਜਿਹੜੇ ਸਿੰਘ ਵਰਸੇ ਕਹਿੰਦੀ ਏਸੀ ਤੇ ਚੱਲਦਾ ਭਾਜੀ, ਕੱਪੜੇ ਬਦਲਣ ਦੋ, ਹੁਣ ਵੀਰ ਜੀ ਨੂੰ ਕਹਿ ਕੇ ਰੋਲ ਵੀ ਲੈਣਾ ਜੀ, ਉਹ ਸਾਲੇ ਨੂੰ ਲਿਫਟ ਤਾਂ ਜੇ ਵੀਰ ਜੀ ਕੋਈ ਨਾ ਬਟਨ ਦੱਪੋਗੇ ਦੱਪੋਗੇ, ਉਧਰ ਆ ਭਾਈ ਇਧਰ ਆ, ਤੇਰੇ ਬਟਨ ਬੜੇ ਲਿਖੇ ਬਟਨ ਦੱਪਣੇ ਨੂੰ ਕਿਹਾ ਤੁਹਾਨੂੰ ਭਾਈ, ਲਓ ਜੀ ਹੁਣ ਆਪਾਂ ਮਿਲਦੇ ਹਾਂ ਫੈਨ ਆਫ ਦਾ ਡੇ, ਸੋ ਜਿਹੜਾ ਅੱਜ ਦਾ ਸਾਡਾ ਫੈਨ ਹੈ ਉਹਨੂੰ ਮਿਲਦੇ ਹਾਂ। ਨਮਸਕਾਰ, ਮੈਂ ਮਨ ਹੂੰ ਦਿੱਲੀ ਸੇ ਅਤੇ ਮੈਂ ਗਿੱਪੀ ਦਾ ਬਹੁਤ ਬੜਾ ਫੈਨ ਹਾਂ, ਇਹਨਾਂ ਨੂੰ ਤਾਂ ਤੋਂ ਫੋਲੋ ਕਰਨਾ ਜਦੋਂ ਤੱਕ ਇਹਦਾ ਗਾਣਾ ਆਇਆ ਸੀ ਅੰਗਰੇਜ਼ੀ ਬੀਟ 'ਤੇ, ਔਰ ਇਨਕੀ ਐਕਟਿੰਗ ਮੈਂ ਬਹੁਤ ਜ਼ਬਰਦਸਤ ਫੈਸਿਲਿਟੀ ਹੈ ਜੀ, ਵਰਾਇਟੀ ਬਹੁਤ ਹੈ, ਆਪ ਦੇਖੋ ਐਕਟਰ ਇੱਕਦਮ ਨੈਚੁਰਲ ਹੈ, ਇੱਕਦਮ ਇੰਸਟਿੰਕਟਿਵ, ਇੱਕਦਮ ਜੋ ਬੋਲੋ ਇੱਕ ਸੈਕਿੰਡ ਕੇ ਅੰਦਰ, ਆਪ ਦੇਖੋ ਇਨਕੇ ਰਿਐਕਸ਼ਨ ਵੀ ਬਹੁਤ ਔਸਮ ਹੋਤੇ ਹਨ। ਅਤੇ ਮੈਂ ਇਹਨਾਂ ਦੀ ਮੂਵੀ ਜਿਹੜੀ ਹੈਗੀ ਲੱਕੀ ਦੀ ਜਾਂ ਲੱਕੀ ਸਟੋਰੀ ਦੀ ਬਹੁਤ ਐਂਕਸ਼ੀਅਸਲੀ ਵੇਟ ਕਰ ਰਿਹਾ, ਫਟਾਫਟ ਆ ਜਾਵੇ। ਅਤੇ ਗਿੱਪੀ ਭਾਜੀ ਯੂ ਆਲਵੇਜ਼ ਰੌਕਸ। ਲਓ ਜੀ ਅੱਜ ਜਿਹੜੀ ਸਟੋਰੀ ਹੈ ਜਿਹੜੀ ਆਪਾਂ ਡਿਸਕਲੋਜ਼ ਕਰਨੀ ਹੈ ਉਹ ਇਹ ਆ, ਭਾਜੀ ਲੈਟ ਮਾਰੋ ਪਹਿਲਾਂ ਇਹ ਬੰਦੇ ਦੇ ਉੱਤੇ, ਇਹ ਬੰਦੇ ਦਾ ਮੂੰਹ ਦਿਖਾਓ ਚੰਗੀ ਤਰ੍ਹਾਂ, ਇਹ ਬੰਦੇ ਨੂੰ ਤੁਸੀਂ ਪਛਾਣਦੇ ਹੋ ਜੀ, ਇਹ ਬੰਦੇ ਦਾ ਨਾਂ ਵੈਸੇ ਹੈਗਾ ਹੈਪੀ, ਅਤੇ ਇਹ ਵੈਸੇ ਖੁਦ ਘੱਟ ਹੈਪੀ ਰਹਿੰਦਾ ਵਾ ਕਿਉਂਕਿ ਤੁਸੀਂ ਕੈਰੀ ਔਨ ਜੱਟਾਂ ਦੇ ਵਿੱਚ ਇਹਨੂੰ ਦੇਖਿਆ ਹੋਣਾ, ਜਦੋਂ ਮੈਂ ਕਹਿ ਰਿਹਾ ਸੀਗਾ ਕਿਉਂ ਮੇਰੀ ਬਾਹਾਂ 'ਤੇ ਲਿਖ ਕੇ ਚਲੇ ਗਏ ਕਿ ਆਪਣੇ ਆਪ ਨੂੰ ਆਪ ਹੀ ਪਾੜ ਲਈ, ਸੋ ਮੇਰਾ ਤਾਂ ਘੁੱਗੀ ਦਾ ਇਹ ਸੀਨ ਸੀਗਾ, ਸੋ ਉਸ ਦੇ ਵਿੱਚ ਜਿਹੜਾ ਬੰਦਾ ਪਿੱਛੋਂ ਲਾਲ ਟੀ ਸ਼ਰਟ ਪਾ ਕੇ ਲੰਘਦਾ ਹੈ ਜਿਹੜਾ ਐਂ ਦੇਖ ਰਿਹਾ ਹੁੰਦਾ ਹੈ, ਉੱਧਰੋਂ ਫਿਰ ਮਾਹੀ ਕੇ ਲਾ ਜਾਂਦੀ ਆ ਦੁਬਾਰਾ, ਫਿਰ ਇਹ ਵਾਪਸ ਆਉਂਦਾ ਹੈ ਜਿਹਦੇ 'ਤੇ ਤੁਸੀਂ ਬਹੁਤ ਹੱਸੇ ਸੀ ਪਰ ਇਹ ਫਿਲਮ ਦੇ ਵਿੱਚ ਬੋਲਿਆ ਨਹੀਂ ਸੀ। ਸੋ ਹੁਣ ਅੱਜ ਦੀ ਜਿਹੜੀ ਡਿਸਕਲੋਜ਼ ਕਰਨੀ ਆ ਅਸੀਂ ਸਟੋਰੀ, ਉਹਦੇ 'ਚ ਇਹ ਹੈ ਵੀ ਲੱਕੀ ਦੇ ਅਨਲੱਕੀ ਸਟੋਰੀ ਦੇ ਵਿੱਚ ਅਸੀਂ ਬੰਦਾ ਹੈ ਫਿਰ ਉਵੇਂ ਕਿਸੇ ਪਾਸਿਓਂ ਕੱਢਿਆ, ਪਰ ਐਤਕੀ ਇਹ ਜਨਾਬ ਬੋਲੇ ਕਿੰਨਾ ਨੇ ਇਹ ਤੁਹਾਨੂੰ ਫਿਲਮ 'ਚ ਜਾ ਕੇ ਪਤਾ ਲੱਗੂ। ਲੱਕੀ ਦੀ ਅਨਲੱਕੀ ਸਟੋਰੀ ਜਿਹੜੀ 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ, ਸੋ ਸਾਰੇ ਬੰਦੇ ਅੱਜ ਸਾਡੀ ਪੂਰਾ ਤਾਮਾ ਜਾਮਾ ਹੋ ਰਿਹਾ ਬੈਠਾ, ਇਹ ਕਹਿੰਦੇ ਪੂਰਾ ਸਵਾਦ ਨਹੀਂ ਆ ਰਿਹਾ ਕਿਉਂਕਿ ਅੱਜ ਅਸੀਂ ਕਾਲਜਾਂ ਪੂਲੀਆਂ 'ਚ ਘੱਟ ਜਾ ਰਹੇ ਹਾਂ, ਹਲੇ ਵਾਰਮ ਅਪ ਹੋ ਰਹੇ ਹਾਂ ਅਸੀਂ, ਸੋ ਕੱਲ੍ਹ ਨੂੰ ਸਵੇਰੇ ਮਿਲਦੇ ਹਾਂ, ਅੱਜ ਦਾ ਡੇ ਖਤਮ ਹੋ ਗਿਆ, ਕੱਲ੍ਹ ਨੂੰ ਆਪਾਂ ਪੂਰਾ ਫਨ ਕਰਨਾ, ਤੁਹਾਨੂੰ ਨਵੇਂ ਤਰੀਕੇ ਦਾ ਇੰਜੋਏ ਕੱਲ੍ਹ ਤੋਂ ਅਸੀਂ ਕਰਾਉਣ ਲੱਗਣਾ ਵਾ। ਲੱਕੀ ਦੀ ਅਨਲੱਕੀ ਸਟੋਰੀ 26 ਅਪ੍ਰੈਲ। ਬਾਹਰ ਬੰਦੇ ਆ ਗਏ ਜਿਹੜੇ ਵਾਰੀ ਵਾਰੀ ਕਹਿੰਦੇ ਤੁਸੀਂ ਖੱਪ ਪਾ ਰਹੇ ਹੋ, ਸੋ ਰੌਲਾ ਪੈ ਰਿਹਾ ਵਾ, ਗੁੱਡ ਨਾਈਟ, ਜਾਓ 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 ਹੁਣ ਜਾਓ ਜਾਓ।